ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਉੱਤਰ ਕੇ ਕੁਲਦੀਪ ਸੁਹਾਤਾ ਨੇ ਚੋਣ ਮੁਕਾਬਲਾ ਰੋਚਕ ਬਣਾ ਦਿੱਤਾ ਹੈ। ਰਾਸ਼ਟਰੀ ਵਾਲਮੀਕਿ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ ਸੁਹਾਤਾ ਨੇ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਜ਼ਾਦ ਚੋਣ ਲੜਨ ਦਾ ਫੈਸਲਾ ਕਰ ਲਿਆ। ਉਹਨਾਂ ਚੋਣ ਪ੍ਰਚਾਰ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸੁਹਾਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਲਮੀਕਿ ਭਾਈਚਾਰੇ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਹਨਾਂ ਬਗਾਵਤ ਕੀਤੀ ਹੈ। ਉਹ ਆਪਣੇ ਭਾਈਚਾਰੇ ਦੇ ਨਾਲ ਨੇ। ਭਾਈਚਾਰੇ ਦੇ ਹੱਕਾਂ ਲਈ ਉਹ ਹਰ ਕੁਰਬਾਨੀ ਦੇ ਸਕਦੇ ਨੇ। ਉਹਨਾਂ ਕਿਹਾ ਕਿ ਉਹ ਕਿਸੇ ਦੂਸਰੇ ਭਾਈਚਾਰੇ ਦੇ ਵਿਰੋਧੀ ਵੀ ਨਹੀਂ ਹਨ, ਸਿਰਫ ਆਪਣੀ ਗਿਣਤੀ ਦੇ ਹਿਸਾਬ ਨਾਲ ਹੱਕਾਂ ਦੀ ਮੰਗ ਕਰ ਰਹੇ ਨੇ, ਜਿਸ ਦੀ ਕਾਂਗਰਸ ਨੇ ਕੋਈ ਪਰਵਾਹ ਨਹੀਂ ਕੀਤੀ, ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀ ਤਾਕਤ ਦਿਖਾਉਣ ਲਈ ਉਹਨਾਂ ਅਜਿਹਾ ਕੀਤਾ ਹੈ। ਦੱਸਣਾ ਜ਼ਰੂਰੀ ਹੋਵੇਗਾ ਕਿ ਫਤਿਹਗੜ੍ਹ ਸਾਹਿਬ ਹਲਕੇ ਤੋਂ ਪਹਿਲਾਂ ਹੀ 3 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਤੋਂ ਡਾਕਟਰ ਅਮਰ ਸਿੰਘ ਸਾਬਕਾ IAS, ਅਕਾਲੀ ਦਲ ਤੋਂ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਿੰਸੀਪਲ ਸਕੱਤਰ, PDA ਤੋਂ ਇੰਜੀਨੀਅਰ ਮਨਵਿੰਦਰ ਸਿੰਘ ਕਿਆਸਪੁਰਾ ਦੇ ਨਾਮ ਸ਼ਾਮਲ ਹਨ। ਵਾਲਮੀਕਿ ਸਭਾ ਦਾ ਚੇਅਰਮੈਨ ਆ, 51 ਸਾਲ ਦੀ ਉਮਰ ਹੈ, 26 ਸਾਲ ਦਾ ਤਜਰਬਾ ਹੈ, 25 ਸਾਲ ਤੱਕ ਪੜ੍ਹੇ ਹੈ, ਪਕੜੇ ਪਕੜ ਹੈ, ਅੱਜ ਆ ਪਿੱਛੇ ਖੜ੍ਹਾ ਵਾਲਮੀਕਿ ਸਮਾਜ। ਸੋ ਮੈਂ ਵਾਲਮੀਕਿ ਸਮਾਜ ਦੇ ਨਾਲ ਨਾਲ ਜਿਹੜੇ ਅਦਰ ਸਮਾਜ ਆ ਉਹਦੇ ਵਿੱਚ ਮੇਰੀ ਪਕੜ ਹੈ। ਮਹਿਰਾ, ਨਾਈ, ਛਿੰਬੇ, ਝੂਲ, ਲੁਹਾਰ, ਜੱਟ, ਮੈਂ ਆਪਣੇ ਆਪ ਨੂੰ ਗਰਾਊਂਡ ਦਾ ਕਲਾਕਾਰ ਸਮਝਦਾ ਵੀ ਮੈਂ ਫੀਲਡ ਵਰਕਰ ਹੈ। ਲੋਕਾਂ ਦੇ ਭੋਗਾਂ ਦੇ ਉੱਤੇ, ਲੋਕਾਂ ਦੇ ਵਿਆਹਾਂ ਦੇ ਉੱਤੇ, ਲੋਕਾਂ ਦੀਆਂ ਮੁੜਦੀਆਂ ਮਕਾਨਾਂ 'ਤੇ ਅਸੀਂ ਲੋਕਾਂ ਦੇ ਨਾਲ ਦੁੱਖ ਸਿਮਤੀ ਕਰਦੇ ਰਹੇ ਹਾਂ। ਇਹ ਤਾਂ ਹੁਣ ਆ ਗਏ IAS ਦਿੱਲੀ ਤੋਂ ਰਿਟਾਇਰ ਹੋ ਕੇ ਆ ਗਿਆ, ਕਾਂਗਰਸ ਸਰਕਾਰ ਅੱਖਾਂ ਵਿੱਚ ਹੀ ਬੈਠੀ ਹੈ। ਜਿਹੜਾ ਆਪਣਾ ਬਲਬੂਤਾ ਵਰਤਦਾ ਉਹ ਸਰਕਾਰ ਦੇ ਰਾਹੀਂ ਆਪਣਾ ਤੰਗ ਤਰੀਕਾ ਵਰਤਦਾ। ਪਾਰਲੀਮੈਂਟ ਦੇ ਜਿਹੜਾ 2 ਸਾਲ ਪਹਿਲਾਂ ਜਿਹੜਾ ਬੰਦਾ MLA ਨਹੀਂ ਜਿੱਤ ਸਕਿਆ ਉਹਨੂੰ ਲਿਆ ਕੇ ਪਾਰਲੀਮੈਂਟ 'ਚ ਖੜ੍ਹਾ ਕਰਤਾ, ਅਤੇ ਲੋਕ ਦੱਸਣਗੇ, ਫੈਸਲਾ ਕਰਨਗੇ। ਆਹੀ ਸਾਡੇ ਅਕਾਲੀ ਦਲ ਦੇ ਕੈਂਡੀਡੇਟ ਦਾ ਸਿਸਟਮ ਹੈ, ਉਹਨਾਂ ਨੂੰ ਵੀ ਲਿਆ ਕੇ ਉਹ ਪ੍ਰਿੰਸੀਪਲ ਸੈਕਟਰੀ ਦੇ ਹੈ। ਲੋਕਾਂ 'ਚ ਜਨ ਆਧਾਰ ਨਹੀਂ ਅੱਜ ਕੱਲ੍ਹ। ਸੋ ਅੱਜ ਜਿਹੜਾ ਮਾਹੌਲ ਸੀ ਇਲੈਕਸ਼ਨ ਦਾ, ਫਿਰ ਵੀ ਮੈਨੂੰ ਮੇਰੇ ਵਾਲਮੀਕਿ ਭਾਈਚਾਰੇ ਨੇ, ਅਦਰ ਸਮਾਜ ਨੇ ਅੱਜ ਮੈਨੂੰ ਬਹੁਤ ਸਤਿਕਾਰ ਦਿੱਤਾ। ਅੱਜ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਵੀ ਪਹਿਲਾਂ ਮਨਾਇਆ ਗਿਆ, ਉੱਥੇ ਲੋਕ ਵਾਹਵਾ ਘੱਟ ਸੀ। ਸੋ ਮੇਰੀ ਪਿਆਰ ਦੀ ਭਾਵਨਾ ਸੀ, ਮੇਰੇ ਮਗਰ ਵੀ ਤੁਰ ਕੇ ਆਏ ਨੇ ਹੁਣ। ਸੋ ਮੈਂ ਉਹਨਾਂ ਸਾਡੇ ਲੋਕਾਂ ਦੀ ਜਿਹੜੀ ਭਾਵਨਾ ਪੀੜਾ ਉਹ ਮੇਰੀ ਸਮਝਦੇ ਨੇ, ਉਹਨਾਂ ਦੀ ਮੈਂ ਸਮਝਦਾ, ਲੜਾਈ ਲੜਾਂਗੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਵਾਲੀ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।